ਰੱਖਾ ਦੇਣ ਲਈ ਉਹ ਸਾਧੂਆਂ ਨੂੰ ਆਪ ਭੇਜਦਾ ਜਾ ਕੇ ਆਉਂਦਾ ਹੈ ਕਰਮਾਂ ਦਾ ਲੇਖਾ ਦੇਣ ਲਈ ਸਾਧੂਆਂ ਨੂੰ ਆਪ ਭੇਜਦਾ ਡਿਊਟੀ ਲੱਗਦੀ ਹੈ ਜਿੰਨਾ ਸਮਾਂ ਪਰਮੇਸ਼ੁਰ ਵੱਲੋਂ ਮਿਲਦਾ ਹੈ ਉਨਾ ਸਮਾਂ ਸੰਸਾਰ ਵਿੱਚ ਆ ਕੇ ਜੀਵਾਂ ਦਾ ਭਲਾ ਕਰਦੇ ਨੇ ਗੁਰੂ ਮਹਾਂਪੁਰਸ਼ਾਂ ਦੇ ਆਉਣ ਦਾ ਇੱਕੋ ਇੱਕ ਕਾਰਨ ਹੁੰਦਾ ਵੀ ਇਹਨਾਂ ਨੂੰ ਉਹ ਰਾਹ ਪਾਇਆ ਜਾਵੇ ਜਿਹੜੇ ਰਾਹ 'ਤੇ ਪੈ ਕੇ ਇਹਨਾਂ ਦਾ ਜੰਮਣ ਮਰਨ ਖਤਮ ਹੋ ਜਾਵੇ